ਸੰਸਦ ਗੁਰਜੀਤ ਸਿੰਘ ਔਜਲਾ ਨੇ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਧਿਆਨ ਨਾਲ ਇਹ ਚੀਜ਼ਾਂ 'ਵਲ ਗੌਰ ਕਰਦੇ ਹਨ ਕਿ ਪੰਜਾਬ ਦੇ ਲਈ ਕੌਣ ਕੰਮ ਕਰ ਰਿਹਾ ਹੈ ਔਜਲਾ ਨੇ ਕਿਹਾ ਕਿ ਰਾਗਵ ਚੱਡਾ ਹੁਣ ਰਾਜ ਸਭਾ ਮੈਂਬਰ ਬਣੇ ਹਨ ਸਰਕਾਰ ਬਣਨ ਤੋਂ ਬਾਅਦ ਅੰਮ੍ਰਿਤਸਰ 에ਅਰਪੋਰਟ 1930 ਦੇ ਵਿੱਚ ਹੋਂਦ ਵਿੱਚ ਆਇਆ 1960 ਵਿੱਚ ਪਹਿਲੀ ਕਾਬਲ ਦੇ ਲਈ ਫਲਾਈਟ ਸ਼ੁਰੂ ਹੋਈ ਹੈ 1987-81 ਵਿੱਚ ਅੰਤਰਰਾਸ਼ਟਰੀ 에ਅਰਪੋਰਟ ਬਣ ਕੇ ਤਿਆਰ ਹੋਇਆ ਤੁਸੀਂ ਕਿਹਾ ਕਿ ਮੈਂ ਪੰਜਾਬੀਆਂ ਲਈ ਬਹੁਤ ਵੱਡੀ ਕੋਸ਼ਿਸ਼ ਕਰਕੇ ਫਲਾਈਟ ਚਲਾਈ ਉਹਨਾਂ ਨੇ ਕਿਹਾ ਕਿ ਪੰਜਾਬੀ ਬੜੇ ਸਮੇਂ ਤੋਂ ਪੰਜਾਬ ਦੀ ਧਰਤੀ ਦੀ ਕੋਸ਼ਿਸ਼ ਕਰਦੇ ਆਏ ਹਨ ਉਹਨਾਂ ਨੇ ਕਿਹਾ ਕਿ ਪਹਿਲੀ ਫਲਾਈਟ 1982 ਵਿੱਚ ਵੀ ਅੰਮ੍ਰਿਤਸਰ ਤੋਂ ਬਰਗਿੰਗਮ ਲਈ ਚਲਾਈ ਗਈ ਸੀ ਉਹਨਾਂ ਨੇ ਕਿਹਾ ਕਿ ਤੁਹਾਡਾ ਜਨਮ 1988 ਦਾ ਹੈ ਤੁਹਾਡੇ ਜਨਮ ਤੋਂ ਪਹਿਲਾਂ ਹੀ ਇਹ ਫਲਾਈਟ ਲੰਡਨ ਲਈ ਜਾ ਰਹੀਆਂ ਸਨ ਉਹਨਾਂ ਨੇ ਕਿਹਾ ਕਿ 2004 ਤੋਂ ਬਾਅਦ ਕਈ ਵਿਦੇਸ਼ੀਆਂ ਫਲਾਈਟਾਂ ਸ਼ੁਰੂ ਹੋਈਆਂ ਸਿੰਗਾਪੁਰ ਨੂੰ ਵੀ ਫਲਾਈਟ ਸ਼ੁਰੂ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਹਰਦੀਪ ਸਿੰਘ ਪੁਰੀ ਕੇਂਦਰੀ ਮੰਤਰੀ ਨੂੰ ਬੇਨਤੀ ਕਰਕੇ ਇੱਥੋਂ ਕਈ ਫਲਾਈਟਾਂ ਚਲਾਈਆਂ ਪੁਰੀ ਜੀ ਨੇ ਉਸਨੂੰ ਚਲਵਾਇਆ ਤੁਸੀਂ ਪੰਜਾਬੀਆਂ ਨੂੰ ਗੁੰਮਰਾਹ ਨਾ ਕਰੋ ਤੁਹਾਡਾ ਝੂਠ ਮਾਰਨਾ ਗਲਤ ਹੈ ਉਹਨਾਂ ਨੇ ਕਿਹਾ ਕਿ ਗੁਰੂ ਨਗਰੀ ਤੋਂ ਲੰਡਨ ਲਈ ਫਲਾਈਟ ਪਹਿਲੇ ਹੀ ਚੱਲ ਰਹੀਆਂ ਹਨ ਉਹਨਾਂ ਨੇ ਆਖਿਆ ਕਿ ਤੁਸੀਂ ਮੀਡੀਆ ਉਤੇ ਪੰਜਾਬ ਵਿੱਚ ਕਬਜ਼ਾ ਜਮਾ ਕੇ ਹੱਥਿਆਾਇਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਗੁੰਮਰਾਹ ਨਾ ਕਰਨ ਸੰਸਦ ਔਜਲਾ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਲੰਡਨ ਦੇ ਵਿੱਚ 2018 ਤੋਂ ਫਲਾਈਟ ਚੱਲ ਰਹੀ ਹੈ 31 ਅਕਤੂਬਰ 2019 ਨੂੰ ਲੰਡਨ ਦੇ ਸਟੈਂਸੈਡ 에ਅਰਪੋਰਟ ਤੋਂ ਉਡਾਨ ਸ਼ੁਰੂ ਹੋਈ ਸੀ ਵਿੱਚ ਕੋਵਿਡ ਦਾ ਸਮਾਂ ਆਇਆ ਅਤੇ ਇਸੀ ਫਲਾਈਟ ਨੂੰ ਹਿਥਰੋ ਦਾ ਸਮਾਂ ਮਿਲ ਗਿਆ ਇਹ ਵੱਡੀ ਉਪਲਬਧੀ ਹੈ ਹਿਥਰੋ 에ਰਪੋਰਟ ਤੋਂ ਹੋਰ ਦੇਸ਼ਾਂ ਦੇ ਫਲਾਈਟ ਕਨੈਕਟ ਹੁੰਦੀ ਹੈ ਗੁਮਟਾਲਾ ਨੇ ਜਾਣਕਾਰੀ ਦਿੱਤੀ ਕਿ ਵਿਸ਼ਵ ਦੇ ਨੰਬਰ 1 에ਰਪੋਰਟ ਹਿਥਰੋ ਦੇ ਨਾਲ ਅੰਮ੍ਰਿਤਸਰ ਦਾ ਸੰਪਰਕ 25 ਮਾਰਚ 2025 ਨੂੰ ਟੁੱਟ ਰਿਹਾ ਹੈ ਸਮਾਂ ਨਾ ਮਿਲਣ ਦੇ ਕਾਰਨ ਹੁਣ ਫਲਾਈਟ ਨੂੰ ਅੰਮ੍ਰਿਤਸਰ ਗੈਟਵਿਕ ਦੇ ਵਿੱਚ ਚਲਾਇਆ ਜਾਏਗਾ ਇਹ ਇੱਕ ਤਰੱਕੀ ਦੀ ਡਿਮੋਸ਼ਨ ਹੈ ਆਪ ਸਭ ਦਾ ਬਹੁਤ ਧੰਨਵਾਦ ਸਾਡੇ ਪ੍ਰੈਸ ਦੇ ਵੀਰਾਂ ਦਾ ਕਿ ਤੁਸੀਂ ਅੱਜ ਦੇ ਸ਼ਾਰਟ ਨੋਟਿਸ ਤੇ ਦੀ ਪ੍ਰੈਸ ਕਾਨਫਰੰਸ ਰੱਖੀ ਉਹਦੇ ਵਿੱਚ ਹਾਜ਼ਰ ਹੋਏ ਜੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਮਕਸਦ ਸੀ ਉਹ ਇਹ ਹੈ ਕਿ ਕੱਲ ਇੱਕ ਟਵੀਟ ਰਗਵ ਚੱਡਾ ਜੀ ਨੇ ਕੀਤਾ ਕਿ ਅੰਮ੍ਰਿਤਸਰ ਤੋਂ ਲੰਡਨ ਫਲਾਈਟਾਂ ਸ਼ੁਰੂ ਹੋ ਰਹੀਆਂ ਨੇ ਔਰ ਬੜਾ ਮੇਰਾ ਬੜਾ ਵੱਡਾ ਪ੍ਰਾਲਾ ਹੈ ਜਿਹੜਾ ਮੈਂ ਸ਼ੁਰੂ ਕਰ ਰਿਹਾ ਮੈਂ ਕੱਲ ਬਾਾਰਸੀ ਔਰ ਮੈਂ ਟਵੀਟ ਤੇ ਫਿਰ ਆਪਣੀ ਪ੍ਰਤੀਕਿਰਿਆ ਦਿੱਤੀ ਮੈਂ ਦੱਸਣਾ ਚਾਹੁੰਦਾ ਆਪ ਜੀ ਦੇ ਮਾਧਿਅਮ ਰਾਹੀਂ ਕਿ ਪੰਜਾਬ ਇੱਕ ਅਜਹੀ ਧਰਤੀ ਹੈ ਪੰਜਾਬ ਦੇ ਲੋਕ ਬਹੁਤ ਧਿਆਨ ਦੇ ਨਾਲ ਇਸ ਚੀਜ਼ ਦਾ ਗੌਰ ਕਰਦੇ ਆ ਕਿ ਕਿਹੜਾ ਬੰਦਾ ਕਿਸ ਲਿਆਕਤ ਦੇ ਨਾਲ ਔਰ ਕਿੰਨੇਕ ਥੋਸ ਤਰੀਕੇ ਦੇ ਨਾਲ ਆਪਣੀ ਗੱਲ ਰੱਖਦਾ ਹੈ ਮੈਂ ਚੱਡਾ ਸਾਹਿਬ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਚੱਡਾ ਸਾਹਿਬ ਤੁਸੀਂ ਹੁਣ ਰਾਜ ਸਭਾ ਮੈਂਬਰ ਬਣੇ ਜੀ ਇਸ ਸਾਲ ਦੇ ਵਿੱਚ ਹੀ ਸਰਕਾਰ ਬਣ ਤੋਂ ਬਾਅਦ ਅੰਮ੍ਰਿਤਸਰ 에어ਪੋਰਟ ਨੂੰ ਲੈ ਕੇ ਜਿਹੜਾ ਤੁਸੀਂ ਬਿਆਨ ਦਿੱਤਾ ਲੰਡਨ ਦੀ ਫਲਾਈਟ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਅੰਮ੍ਰਿਤਸਰ 에어ਪੋਰਟ 1930 ਦਾ ਹੋਂਦ ਚ ਆਇਆ ਔਰ 1960 ਚ ਪਹਿਲੀ ਕਾਬਲ ਦੀ ਫਲਾਈਟ ਇੱਥੋਂ ਚੱਲੀ ਤੇ ਅੰਤਰਰਾਸ਼ਟਰੀ 에어ਪੋਰਟ ਜਿਹੜਾ ਇਹਨੂੰ ਕੋਸ਼ਿਤ ਕੀਤਾ ਗਿਆ ਕਰੀਬ 77 ਤੇ 81 ਜ ਬਣ ਕੇ ਤਿਆਰ ਹੋਇਆ ਤੁਸੀਂ ਕਿਹਾ ਪਏ ਪੰਜਾਬੀਆਂ ਨੂੰ ਮੈਂ ਬੜਾ ਵੱਡੀ ਕੋਸ਼ਿਸ਼ ਕਰਕੇ ਫਲਾਈਟ ਸ਼ੁਰੂ ਕਰਾਈ ਜੱਡਾ ਸਾਹਿਬ ਪੰਜਾਬੀ ਬੜੇ ਚਿਰ ਤੋਂ ਅਮਰਸਰ ਦੀ ਧਰਤੀ ਲਈ ਕੋਸ਼ਿਸ਼ ਕਰਦੇ ਆਏ ਔਰ ਸਮੇ ਸਮੇ ਤੇ ਫਲਾਈਟਾਂ ਸ਼ੁਰੂ ਵੀ ਹੋਈਆਂ ਔਰ ਬੰਦ ਵੀ ਹੋਈਆਂ ਜਿਹੜੀ ਪਹਿਲੀ ਫਲਾਈਟ ਚੱਲੀ 1982 ਚ ਅਮਰਸਰ ਬਰਮਿੰਗਮ ਜਿਹੜੀ ਚਲਾਈ ਗਈ ਫਲਾਈਟ ਸੀ ਸਭ ਤੋਂ ਸਕਸੈਸਫੁਲ ਫਲਾਈਟ ਹੋਈ 1982 ਨੂੰ ਮੈਂ ਹੋਰ ਜੇ ਮੈਂ ਗਲਤ ਨਾ ਹੋਵਾਂ ਤੇ ਮੇਰੇ ਖਿਆਲ ਆਪ ਜੀ ਦਾ ਜਨਮ ਜਿਹੜਾ 1988 ਦਾ ਹੈ ਆਪ ਜੀ ਦਾ ਜਨਮ ਤੋਂ ਪਹਿਲਾਂ ਦੀ ਜਿਹੜੀ ਫਲਾਈਟ ਹੈ ਲੰਡਨ ਨੂੰ ਜਾ ਰਹੀ ਹੈ ਔਰ ਉਸ ਤੋਂ ਬਾਅਦ 2004 ਤੋਂ ਬਾਅਦ ਹੀ ਥਰਨ ਫਲਾਈਟ ਸ਼ੁਰੂ ਹੋ ਗਈਆਂ ਟ੍ਰਾਂਟੋ ਨੂੰ ਹੋ ਗਈਆਂ ਜਬੈਕਿਸਤਾਨ ਨੂੰ ਔਰ ਤੁਰਕਮੈਨਿਸਤਾਨ ਨੂੰ ਬਹੁਤ ਫਲਾਈਟਸ ਇਥੋਂ ਜਾਂਦੀਆਂ ਰਹੀਆਂ ਸਿੰਗਾਪੁਰ ਦੀ ਫਲਾਈਟ ਵੀ ਜਾਂਦੀ ਰਹੀ ਸਮੇਂ-ਸਮੇਂ ਤੇ ਕਈ ਕਾਰਨਾਂ ਕਰਕੇ ਜਦੋਂ ਜੀਐਮਆਰ ਏਅਰਪੋਰਟ ਬਣਿਆ ਤੇ ਫਲਾਈਟਸ ਬੰਦ ਹੁੰਦੀਆਂ ਰਹੀਆਂ ਔਰ ਇਹਦੇ ਚ ਬਹੁਤ ਐਨਜੀਓ ਦੀਆਂ ਕੋਸ਼ਿਸ਼ ਨੇ ਬਹੁਤ ਹੋਰ ਲੀਡਰਸ਼ਿਪਰਾਂ ਵੀ ਕੋਸ਼ਿਸ਼ ਕਰਦੇ ਰਹੇ ਔਰ ਲਾਸਟ ਜਿਹੜਾ ਅ ਬਰਮਿੰਗਮ ਦੀ ਫਲਾਈਟ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਸੀ ਮੇਰੇ ਤੋਂ ਪਹਿਲਾਂ ਸ਼ੁਰੂ ਸੀ ਔਰ ਉਹਦੀਆਂ ਮੈਂ ਟਾਈਮ ਵਧਾਇਆ ਉਹ ਪਹਿਲੇ ਹਫਤੇ 'ਚ 2 ਦਿਨ ਸੀ 3 ਦਿਨ ਅਸੀਂ ਕਰਾਈ ਵਿੱਚ 4 ਦਿਨ ਹੋਈ ਫਿਰ ਸਟੈਂਸਟਡ ਦੀ ਫਲਾਈਟ ਅਹੀਂ ਕੋਸ਼ਿਸ਼ ਕਰਕੇ ਸ਼ੁਰੂ ਕਰਾਈ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਆਪ ਜੀ ਦੇ ਧਿਆਨ 'ਚ ਇੱਕ ਕੇਂਦਰ ਦਾ ਡਿਪਾਰਟਮੈਂਟ ਹੈ ਔਰ ਇੱਥੋਂ ਯੂਨੀਅਨ ਯੂਨੀਵਰਸਿਟੀ ਜਿਹੜੇ ਸਾਡੇ ਕੇਂਦਰ ਦੇ ਵਜ਼ੀਰ ਨੇ ਹਰਦੀਪ ਸਿੰਘ ਪੁਰੀ ਜੀ ਮੈਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਕੀਤੀਆਂ ਔਰ ਮੈਂ ਨਾ ਦਾ ਸ਼ੁ크ਰੀਆ ਹਰ ਸਮੇਂ ਤੇ ਕਰਦਾ ਰਿਆਂ ਪਾਰਲੀਮੈਂਟ ਦੇ ਅੰਦਰ ਵੀ ਔਰ ਮਿਲ ਕੇ ਵੀ ਕਿਉਂਕਿ ਇੱਕ ਹੀ ਟੀਚਾ ਰੱਖਿਆ ਸੀ ਗੁਰੂ ਨਗਰੀ ਦੇ ਵਿਕਾਸ ਵਾਸਤੇ ਕੋਈ ਵੀ ਹੋਵੇ ਸਾਡਾ ਸਭ ਦਾ ਰਲ ਕੇ ਕੰਮ ਕਰਨਾ ਫਰਜ਼ ਬੰਦਾ ਏ ਔਰ ਉਸੇ ਤਹਿਤ ਸਟੈਂਡਸਟਡ ਦੀ ਫਲਾਈਟ ਜਿਹਦੇ ਤੇ ਇੱਕ ਓਮਕਾਰ ਟੇਲ ਤੇ ਓਂਕਰੈਸੀ ਉਹ ਵੀ ਚਲਾਈ ਗਈ ਹੀ ਥਰੂ ਦੀ ਫਲਾਈਟ ਮੈਂ ਲਾਸਟ ਜੋ ਪੁਰੀ ਸਾਹਿਬ ਦਾ ਹੁਣ ਡਿਪਾਰਟਮੈਂਟ ਚੇਂਜ ਹੋਇਆ ਉਹਨਾਂ ਦੇ ਡਿਪਾਰਟਮੈਂਟ ਚੇਂਜ ਤੋਂ 2 ਮਹੀਨੇ ਪਹਿਲਾਂ ਮੈਂ ਮਿਲਣ ਗਿਆ ਔਰ ਮਿਲ ਕੇ ਜਦੋਂ ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਹੀਥਰੋ ਚਲਾਓ ਕਿਉਂਕਿ ਹੀਥਰੋ ਦੀ ਸਾਡੀ ਹਮੇਸ਼ਾ ਡਿਮਾਂਡ ਰਹੀ ਸੀ ਮੈਂ ਚੱਡਾ ਸਭ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਟੈਂਡਸਟਰਡ ਜਾਂ ਬਰਮਿੰਗਮ ਫਲਾਈਟ ਜਾਂਦੀਆਂ ਨੇ ਪਰ ਉੱਥੋਂ ਅੱਗੇ ਫਲਾਈਟ ਦਾ ਰਸਤਾ ਬਹੁਤ ਘੱਟ ਹੈ ਜਿਆਦਾ ਫਲਾਈਟ ਜਿਹੜੀਆਂ ਨੇ ਦੂਸਰੇ ਕੰਟਰੀ ਨੂੰ ਲੈਣ ਵਾਸਤੇ ਹੀਥਰੋ ਬੈਸਟ 에ਰਪੋਰਟ ਹੈ ਹੀਥਰੋ ਤੇ ਜਿਆਦਾ ਦੂਜੇ ਕੰਟਰੀਆਂ ਦੀਆਂ ਫਲਾਈਟ ਆਉਂਦੀਆਂ ਨੇ ਜਿਹੜਾ 에ਰ ਇੰਡੀਆ ਸਟਾਰਲਾਈਨਸ ਦਾ 파ਟਨਰ ਹੈ ਇਸ ਕਰਕੇ ਅਸੀਂ ਹਮੇਸ਼ਾ ਹੀ ਡਿਮਾਂਡ ਰੱਖੀ ਸੀ ਕਿ ਹੀਥਰੋ ਫਲਾਈਟ ਸਾਨੂੰ ਚਾਹੀਦੀ ਹੈ ਜਿਆਦਾ ਜ਼ਰੂਰੀ ਹੈ ਸੋ ਮੈਂ ਉਹਦੇ ਵੀ ਦੱਸਿਆ ਸੀ ਸਾਰਿਆਂ ਨੂੰ ਕਿ ਪੁਰੀ ਸਾਹਿਬ ਨੇ ਸੇਮ ਡੇ ਮੇਰੇ ਬੈਠਿਆਂ ਫੋਨ ਕਰਕੇ ਕਿਹਾ ਕਿ ਜਿੱਥੋਂ ਮਰਜ਼ੀ ਜਾਜ ਦਾ ਅਰੇਂਜ ਕਰੋ ਇਥਰੋ ਫਲਾਈਟ ਚੱਲਣੀ ਚਾਹੀਦੀ ਹੈ ਔਰ ਇਥਰੋ ਫਲਾਈਟ ਉਹਨਾਂ ਨੇ ਹੁਣ ਫਿਰ ਦੁਬਾਰਾ ਸ਼ੁਰੂ ਕਰਾਈ ਸੀ ਜਿਹੜੀ ਹੁਣ ਚੱਲ ਰਹੀ ਹੈ ਤਿੰਨ ਦਿਨ ਹੈ ਹੁਣ ਚਾਰ ਦਿਨ ਵੀ ਹੋ ਜਾਣੀ ਹੈ ਪਰ ਹੁਣ ਜੋ ਇਨਫੋਰਮੇਸ਼ਨ ਹੈ ਤੁਸੀਂ ਗਲਤ ਗੁੰਮਰਾਹ ਪੰਜਾਬੀਆਂ ਨੂੰ ਨਾ ਕਰੋ ਝੂਠ ਮਾਰਨਾ ਤੁਹਾਡਾ ਪੇਸ਼ਾ ਹੈ ਨਿੱਕੀ ਗੱਲ ਨੂੰ ਵੱਡੀ ਕਰਕੇ ਦੱਸਣਾ ਤੁਹਾਡਾ ਇੱਕ ਜ਼ਰੀਆ ਹੈ ਲੋਕਾਂ ਨੂੰ ਆਪਣੇ ਕੰਮ ਪ੍ਰਤੀ ਚੇਤਨ ਕਰਨਾ ਪਰ ਸੱਚ ਸੱਚ ਹੁੰਦਾ ਹੈ ਝੂਠ ਝੂਠ ਹੁੰਦਾ ਹੈ ਸਚਾਈ ਇਹ ਹੈ ਕਿ ਗੈਟਵਕ ਤੇ ਜਿਹੜਾ ਲਾਲ 에ਰਪੋਰਟ ਹੈ ਥੋੜੀ ਦੂਰੀ ਤੇ ਉੱਥੇ ਹੁਣ ਫਲਾਈਟੇ ਭੇਜਣ ਲੱਗੇ ਆ ਤੇ ਜੇ ਹਿੱਤਰੋ ਦੇ ਸਲਾਟ ਕਟੇ ਜੋ ਸਾਨੂੰ ਇਹ ਲੱਗਦਾ ਕਿ ਹਿੱਤਰੋ ਦੇ ਸਲਾਟ ਘਟਾ ਕੇ ਨਾਲੇ ਉੱਥੇ ਭੇਜਣਾ ਹੈ ਤੇ ਹੋ ਸਕਦਾ ਕਿਸੇ ਕੇਂਦਰੀ ਵਜ਼ੀਰ ਦਾ ਹੋਰ ਪ੍ਰੈਸ਼ਰ ਹੋਵੇ ਤੇ ਹਿੱਤਰੋ ਨੂੰ ਫਲਾਈਟ ਕਿਸੇ ਹੋਰ ਸਟੇਟ ਤੋਂ ਚਲਣੀ ਹੋਵੇ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀਆਂ ਫਲਾਈਟਸ ਨੇ ਇਹ ਅੰਮ੍ਰਿਤਸਰ ਤੋਂ ਗੁਰੂ ਨਗਰੀ ਤੋਂ ਚੱਲ ਰਹੀਆਂ ਨੇ ਲੰਡਨ ਨੂੰ ਫਲਾਈਟਸ ਚੱਲ ਰਹੀਆਂ ਨੇ ਤੁਸੀਂ ਟਵੀਟ ਕਰਕੇ ਤੁਹਾਡਾ ਕੋਈ ਸ਼ੱਕ ਨਹੀਂ ਕਿ ਬਹੁਤ মিডিਆ ਹੁੰਦੇ ਤੁਹਾਡਾ ਜਿੱਦਾਂ ਮੋਦੀ ਸਾਹਿਬ ਦਾ ਦਿੱਲੀ 'ਚ ਕਬਜ਼ਾ ਆ ਤੁਸੀਂ ਪੰਜਾਬ 'ਚ ਕਬਜ਼ਾ ਜਮਾ ਰੱਖਿਆ ਤੁਸੀਂ 23 ਤਰੀਕ ਨੂੰ ਜਿੱਦਾਂ ਮੇਰਾ ਖਿਆਲ 20 ਤਰੀਕ ਨੂੰ ਜਿੱਦਾਂ ਤੁਸੀਂ ਮੁੱਦਾ ਚੁੱਕਿਆ ਸੀ 20 ਦਸੰਬਰ ਦਾ ਮੁੱਦਾ ਚੁੱਕਿਆ ਤੇ ਤੁਸੀਂ ਕੀ ਪੰਜਾਬ ਇਹ ਸਮਝ ਸਕਦਾ ਕਿ 20 ਦਿਨਾਂ ਦੇ ਵਿੱਚ ਇਹਨਾਂ ਦੇ ਆਖਿਆ ਫਲਾਈਟ ਚਾਲੂ ਕਰ ਦਿੱਤੀ ਹੈ 20 ਦਸੰਬਰ ਨੂੰ ਮੈਂ ਡਰੱਗਸ ਦੇ ਉੱਤੇ ਇੰਨਾ ਵੱਡਾ ਵੱਡਾ ਇਸ਼ੂ ਚੁੱਕਿਆ। ਮੇਰੇ ਸਾਰੇ ਟੋਟਲ মিডিਆ ਹਾਊਸ ਦੀ ਰੀਚ ਪਤਾ ਕਿੰਨੀ ਹੋਈ ਛੱਡਾ ਸਾਹਿਬ। 30 ਲੱਖ ਲੋਕਾਂ ਨੇ ਉਹ ਮੁੱਦਾ ਵੇਖਿਆ ਵੀ ਜਿਹੜਾ ਮੈਂ ਪਾਰਲੀਮੈਂਟ 'ਚ ਚੱਕਿਆ ਸੀ। ਤੇ ਸਾਰਾ ਦਿਨ ਤੁਸੀਂ ਚੈਨਲਾਂ 'ਤੇ ਪੰਜਾਬ ਦਾ ਪੈਸਾ ਪੇ ਕਰਕੇ ਟੈਕਸਪੇਅਰ ਦਾ ਪੈਸਾ ਪੇ ਕਰਕੇ ਤੁਸੀਂ ਸਿਰਫ ਕਿ ਮੈਂ ਬੜੀ ਵੱਡੀ ਕੋਸ਼ਿਸ਼ ਕਰ ਰਿਹਾ ਆਪਣੀ ਡਿਬੇਟ ਸਾਰਾ ਦਿਨ ਤੁਹਾਡੀ ਚੈਨਲਾਂ 'ਤੇ ਚੱਲਦੀ ਰਹੀ। ਔਰ ਮੈਂ ਚੈਨਲ ਵਾਲਿਆਂ ਨੂੰ ਬੇਨਤੀ ਵੀ ਕੀਤੀ। ਮੈਂ ਕਿਹਾ ਠੀਕ ਹੈ। ਹਰ ਇੱਕ ਦਾ ਗੱਲ ਰੱਖਣੀ ਚਾਹੀਦੀ ਹੈ ਸਾਡੇ ਬੜੇ ਵੀ ਰੱਖਦੇ ਸੀ ਪਰ ਕੀ ਜਿਹੜਾ ਵੱਡਾ ਡਰਗ ਦਾ ਮੁੱਦਾ ਸੀ ਕੀ ਚੈਨਲ ਵਾਲਿਆਂ ਨੇ ਮੇਰੀ ਡਿਬੇਟ ਰੱਖੀ ਨਹੀਂ ਰੱਖੀ ਕਿਉਂਕਿ ਤੁਹਾਡੀ ਰੀਚ ਹੈ ਤੁਸੀਂ ਸਾਡੇ ਪੈਸੇ ਟੈਕਸਪੇਅਰ ਦੇ ਪੈਸੇ ਇਹਨਾਂ ਦੇ ਖਰਚ ਕੇ ਔਰ ਛੋਟੀ ਗੱਲ ਨੂੰ ਵੱਡਾ ਕਰਕੇ ਦਿਖਾਉਂਦੇ ਸਾਰਾ ਸਾਰਾ ਦਿਨ ਤੁਸੀਂ ਆਪ ਵੀ ਵੇਖਦੇ ਰਹਿੰਦੇ ਖੁਸ਼ ਖੁਸ਼ ਹੁੰਦੇ ਜੇ ਆਪ ਵੇਖ ਕੇ ਕਿਸੇ ਕਰ ਮੇਰੀ ਨਿਊਜ਼ ਚੱਲ ਰਹੀ ਹੈ ਸੋ ਝੂਠ ਜਿਹੜਾ ਆ ਉਹ ਝੂਠ ਹੁੰਦਾ ਆ ਜੇ ਐਡੀ ਛੇਤੀ ਫਲਾਈਟ ਚੱਲ ਸਕਦੀ ਹੈ ਤੇ ਮੈਂ ਚੱਡਾ ਸਾਹਿਬ ਨੂੰ ਪੁੱਛਦਾ ਐ ਜੀਰੇ ਵਾਲੇ ਪੰਜਾਂ ਮਹੀਨਿਆਂ ਦੇ ਬੈਠੇ ਨੇ ਧਰਨਿਆਂ ਤੇ ਲੋਕ ਟੈਂਕੀਆਂ ਦੇ ਚੜੇ ਨੇ ਜਿਹੜੇ ਸਿੱਧੇ ਕੰਮ ਪੰਜਾਬ ਸਰਕਾਰ ਦੇ ਹੱਥ ਨੇ ਪੰਜਾਬ ਸਰਕਾਰ ਉਹ ਹੱਲ ਮਸਲੇ ਕਿਉਂ ਨਹੀਂ ਕਰਦੀ ਕੀ ਤੁਸੀਂ 20 ਦਸੰਬਰ ਦਾ ਬੋਲਿਆ ਤੇ ਤੁਸੀਂ 10 ਦਿਨਾਂ ਬਾਅਦ ਆ ਕੇ ਕਹਿ ਰਹੇ ਜੇ ਮੇਰੀ ਬੜੀ ਵੱਡੀ ਕੋਸ਼ਿਸ਼ ਨਾਲ ਫਲਾਈਟ ਚੱਲ ਗਈ ਪੰਜਾਬੀ ਸਮਝਦੇ ਆ ਸਾਰੀਆਂ ਗੱਲਾਂ ਨੂੰ ਤੇ ਜੇ ਤੁਸੀਂ ਵਾਕਈ ਪੰਜਾਬ ਨਾਲ ਧਿਆਨ ਰੱਖਦੇ ਜੇ ਤੁਹਾਡੀ ਕੋਈ ਕੋਈ ਹੈ ਵਾ ਮੈਨੂੰ ਲੱਗਦਾ ਨਹੀਂ ਤੁਹਾਡਾ ਕੋਈ ਤਲਕ ਵਾਸਤਾ ਹੈਗਾ ਤੁਹਾਡਾ ਸਿਰਫ ਕਮਾਈ ਕਰਨਾ ਪੰਜਾਬ ਤੱਕ ਦਾ ਤਲਕ ਵਾਸਤਾ ਹੈ ਇਹ ਤਲਕ ਵਾਸਤਾ ਹੈਗਾ ਹੈ ਜਾਂ ਬੇਰਜ਼ਗਾਰਾਂ ਨੂੰ ਧਰਨਿਆ ਤੋਂ ਉਠਾਓ ਕਿਸਾਨ ਟੋਲ ਬੰਦ ਕਰਕੇ ਬੈਠੇ ਨੇ ਤੁਹਾਡੀਆਂ ਜ਼ਿੰਮੇਵਾਰੀਆਂ ਨਹੀਂਆਂ ਲਾਅ ਐਂਡ ਆਰਡਰ ਦੀ ਸਥਿਤੀ ਐਡੀ ਮਾੜੀ ਹੈ ਪੰਜਾਬ ਦੇ ਵਿੱਚ ਅੱਜ ਲੋਕ ਇੰਡਸਟਰੀ ਛੱਡ ਛੱਡ ਕੇ ਲੁਧਿਆਣੇ ਦੀ ਯੂਪੀ ਚ ਜਾ ਰਹੀ ਹੈ ਤੇ ਤੁਸੀਂ ਫਲਾਈਟ ਜਿਹੜੀ ਹੈ ਉਹ ਸਾਡੀ ਜਿਹੜਾ ਸਾਡਾ ਜਿਹੜਾ ਮਿਹਨਤ ਦਾ ਕੰਮ ਆ ਅਸੀਂ ਉਹ ਘਟਦੀਆਂ ਵੱਧਦੀਆਂ ਰਹਿੰਦੀਆਂ ਨੇ ਅਮਰਸਰ 에ਰਪੋਰਟ ਤੇ ਇੱਕ ਟ੍ਰਾਂਟੋ ਦੀ ਫਲਾਈਟ ਹੈ ਜਿਹਦੇ ਤੇ ਸਭ ਤੋਂ ਵੱਧ ਜਿਆਦਾ ਕੋਸ਼ਿਸ਼ ਸਾਡਾ ਸਾਰਾ ਸਾਡੇ ਐਨਜੀਓ ਵਾਲੇ ਭਰਾ ਵੀ ਅਸੀਂ ਵੀ ਸਾਰੇ ਰਲ ਕੇ ਔਰ ਸਾਡੇ ਬੀਜੇਪੀ ਦੇ ਲੀਡਰ ਵੀ ਹੈ ਹੋਰ ਵੀ ਜਿੰਨੇ ਵੀ ਲੀਡਰ ਹੈ ਕੋਸ਼ਿਸ਼ ਕਰ ਰਹੇ ਹੈ ਕਿ ਉਹ ਚੱਲ ਜੇ ਕਿਸੇ ਤਰੀਕੇ ਨਾਲ ਤੇ ਤੁਸੀਂ ਇੱਕ ਅੱਜ ਬੋਲ ਕੇ ਤੇ 4 ਦਿਨ ਬਾਅਦ ਜੇ ਕੋਈ ਪ੍ਰਾਈਵੇਟ 에ਅ ਲਾਈਨ ਹੈ ਹੁਣ ਹੋ ਗਈ ਹੈ 에어 ਇੰਡੀਆ ਉਹਨਾਂ ਕੋਈ ਚਲਾ ਵੀ ਦਿੱਤੀ ਹੈ ਤੇ ਕੋਈ ਐਡੀ ਵੱਡੀ ਗੱਲ ਨਹੀਂ ਹੋਈ ਜਿੰਨੂੰ ਤੁਸੀਂ ਬਹੁਤ ਵੱਡੇ ਤਰੀਕੇ ਨਾਲ ਪੇਸ਼ ਕੀਤਾ ਕਿ ਮੈਂ ਬੋਲਿਆਂ ਤੇ ਹੋ ਗਿਆ ਤੇ ਮੈਂ ਤੁਹਾਨੂੰ ਚੈਲੰਜ ਕਰਦਾ ਕਿ ਜੀਰੇ ਵਾਲਾ ਮਸਲਾ ਹੱਲ ਕਰਕੇ ਦਿਖਾਓ ਅੱਜ ਪ੍ਰੈਸ ਕਾਨਫਰੈਂਸ ਤੁਸੀਂ ਮੈਂ ਕਰ ਰਿਹਾ ਪੰਜ ਪੰਜ ਮਹੀਨੇ ਹੋ ਗਏ ਇਹਨਾਂ ਨੂੰ ਬਰਗਾੜੀ ਇਸ਼ੂ ਆਪ ਜੀ ਦੇ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਮੈਂ ਮਹੀਨੇ ਦੇ ਵਿੱਚ ਵਿੱਚ ਸਾਰਾ ਹੱਲ ਕਰ ਦੂੰਗਾ ਅੱਜ ਉਹ ਮੋਰਚਾ ਲਾ ਕੇ ਬੈਠੇ ਬੇਅਦਮੀਆਂ ਦਾ ਇਸ਼ੂ ਤੁਸੀਂ ਸਹੀ ਤਰੀਕੇ ਨਾਲ ਕੋਰਟ ਚ ਪੇਸ਼ ਨਹੀਂ ਕਰ ਸਕੇ ਵੱਡੇ ਵੱਡੇ ਲੋਕ ਕੋਰਟ ਚ ਜ਼ਮਾਨਤਾ ਕਰਾ ਰਹੇ ਨੇ ਤੁਹਾਡਾ ਜਿਹੜਾ ਲੀਗਲ ਸੈੱਲ ਹੈ ਜਿਹੜਾ ਜਿਹੜਾ ਏਜੀ ਹਾਊਸ ਹੈ ਉਹ ਤੁਹਾਡਾ ਕੋਈ ਕੰਮ ਨਹੀਂ ਕਰਦਾ ਤੁਹਾਡੀ ਸਰਕਾਰ ਉੱਥੇ ਵੀ ਆਪਣਾ ਪੱਖ ਨਹੀਂ ਰੱਖ ਸਕਦੀ ਕਿਰਪਾ ਕਰਕੇ ਉਹ ਕੰਮ ਕਰੋ ਜਿਹਦੇ ਕਰਕੇ ਅੱਜ ਪੰਜਾਬ 'ਚ ਰਾਜਕਤਾ ਦਾ ਮਾਹੌਲ ਬਣਿਆ ਪਿਆ ਹਰ ਕੋਈ ਬੰਦਾ ਡਰਿਆ ਪਿਆ ਉਹਦੇ ਤੋਂ ਤੁਹਾਡੇ ਤੋਂ ਪਹੁੰਚ ਨਹੀਂ ਹੁੰਦੀ ਗੈਂਗਸਟਰ ਭੱਜ ਜਾਂਦੇ ਆ ਦਿੱਲੀ ਵਾਲੀ ਪੁਲਿਸ ਫੜਦੀ ਤੁਹਾਨੂੰ ਤੇ ਵੀ ਨਹੀਂ ਪਤਾ ਲੱਗਦਾ ਕਿੱਥੇ ਕਿੱਥੇ ਆਉਂ ਸਿੰਧੂ ਮੂਸੇਵਾਲੀ ਮੂਸੇਵਾਲੀ ਦਾ ਕਤਲ ਹੁੰਦਾ ਹੈ ਤੇ ਕਾਤਲ ਫੜਦੇ ਕੌਣ ਨੇ ਸੋ ਕਿਰਪਾ ਕਰਕੇ ਜਿਹੜੀ ਜ਼ਿੰਮੇਵਾਰੀ ਪੰਜਾਬ ਦੀ ਮਿਲੀ ਹੈ ਨਿਭਾਓ ਠੀਕ ਹੈ ਤੁਹਾਡਾ ਮੁੱਦੇ ਚੁਕਣਾ ਫਰਜ਼ ਬੰਦਾ ਹੈ ਹਾਊਸ ਹੈ ਚੁੱਕੋ ਜਰੂਰ ਚੁੱਕੋ ਪਰ ਜਿਹੜਾ ਤੁਸੀਂ ਇਹ ਕਹਿ ਦਿੰਦੇ ਜੀ ਪਹਿਲੀ ਫਲਾਈਟ ਚੱਲਣ ਲੱਗੀ ਆ ਪੰਜਾਬ ਲੰਡਨ ਅੰਮ੍ਰਿਤਸਰ ਜੁੜ ਚੱਲੇ ਆ ਇਹੋ ਜੀਆਂ ਗੱਲਾਂ ਨਾ ਕਰੋ ਇੱਕ ਇੱਕ ਪੰਜਾਬੀ ਇਹਨਾਂ ਚੀਜ਼ਾਂ ਨੂੰ ਜਾਣਦਾ ਹੈ ਧੰਨ